Hello students, today I am going to discuss with you one of the important topic of economics relating with 12th class, specifically based upon Punjab School Education Board syllabus. Myself Hit Abhilashi Sharma, I am working as a lecturer at Government Senior Secondary Smart School Wazirpur. Today, my topic is macroeconomics. Under macroeconomics, which is a part of the first unit of syllabus, National Income and Related Aggregates, macroeconomics and its subject matter, we are going to discuss this concept one by one. First of all, what is the meaning of macroeconomics? मैक्रोइकनोमिक्स जिसनों पंजाबी दे विच समस्ती अर्थशास्त्र कहंदे ने। समस्ती मतलब सारा। समस्ती शब्द इंग्लिश दे वर्ड मैक्रो तो लिया गया। एंड द वर्ड मैक्रो हैज बीन डिराइव्ड फ्रॉम ग्रीक वर्ड मैक्रोस विच मीन्स लार्ज होल। जेड़ा मैक्रो शब्द है ग्रीक भाषा दे शब्द मैक्रोस तो लिया गया जिसका भाव है वड्डा सामूहिक। सो मैक्रो इकोनॉमिक्स स्टडीज द एग्रीगेटिव आस्पेक्ट्स भाव जिहड़े सामूहिक पहलू ने उन्हां दा अध्ययन करदे हां असीं समष्टि अर्थशास्त्र दे विच। ते जदों असीं सामूहिक दी गल करदे हां तां सारी अर्थव्यवस्था दी गल हो जांदी है। माइक्रो सिंगल यूनिट्स होंदे ने जिन्हों पंजाबी च व्यस्टी कहिंदे ने, एक विशेष एक इकाई एक यूनिट, जदों कि मैक्रो समष्टि मतलब सारा। डिफरेंट इकोनॉमिक्स हैज गिवन देयर ओन व्यूज टू डिफाइन मैक्रो इकोनॉमिक्स। आई एम हियर प्रेजेंटिंग यू वन ऑफ द डेफिनेशन गिवन बाय वेरी रिनोल्ड इकोनॉमिक्स एडवर्ड शफीरो। व्हाट ही सेज, मैक्रो इकोनॉमिक्स डील्स विद द फंक्शनिंग ऑफ इकोनॉमी एज ए होल। ਭਾਵ ਜਿਹੜਾ ਸਮਸਤੀ ਅਰਥਸ਼ਾਸਤਰ ਹੈ ਸਮੁੱਚੇ ਰੂਪ ਵਿੱਚ ਅਰਥ ਵਿਵਸਥਾ ਦੀ ਕਾਰਜ ਵਿਧੀ ਨਾਲ ਸੰਬੰਧ ਰੱਖਦਾ ਹੈ, ਸਾਰੇ ਸਮੂਹਿਕ ਰੂਪ ਦੇ ਵਿੱਚ ਸੰਬੰਧ ਰੱਖਦਾ ਹੈ। ਅੰਡਰ ਮੈਕਰੋ ਇਕਨੋਮਿਕਸ ਡਿਫਰੈਂਟ ਕਨਸੈਪਟਸ ਆਰ ਗੋਇੰਗ ਟੂ ਸਟੱਡੀਜ਼ ਐਜ਼ ਏ ਹੋਲ। ਫੋਰ ਐਗਜ਼ਾਮਪਲ, ਅਸੀਂ ਟ੍ਰੇਡ ਬਿਹੇਵੀਅਰ ਨੂੰ, ਟ੍ਰੇਡ ਰਿਲੇਸ਼ਨਸ ਨੂੰ, ਸੇਵਿੰਗਸ ਦੇ ਕਨਸੈਪਟਸ ਨੂੰ ਇਨ ਹੋਲ, एम्पलायमेंट एंड अनएम्पलायमेंट लैवल में मैक्रो इकनोमिक्स के स्टडी करते हैं। सो मैक्रो इकनोमिक्स इज अ कंबीनेशन ऑफ एग्रीगेटिव आसपैक्ट्स ऑफ इकनोमिक एक्टिविटीज, जिहड़ियां आर्थिक गतिविधियां ने उन्होंने समूहिक रूप का एक प्रारूप है मैक्रो इकनोमिक्स। सो मैक्रो इकनोमिक्स के मीनिंग जानने तो बाद ਆਪਾਂ ਜਾਣਦੇ ਹਾਂ ਕਿ ਵਟ ਇਜ਼ ਦਾ ਸਬਜੈਕਟ ਮੈਟਰ ਆਫ ਮੈਕਰੋ ਇਕਨੋਮਿਕਸ। ਸਬਜੈਕਟ ਮੈਟਰ ਜਿਹਨੂੰ ਪੰਜਾਬੀ 'ਚ ਵਿਸ਼ਾ ਵਸਤੂ ਕਹਿੰਦੇ ਨੇ। ਮੈਕਰੋ ਇਕਨੋਮਿਕਸ ਦਾ ਸਬਜੈਕਟ ਮੈਟਰ ਕੀ ਹੈ, ਇਹਨੂੰ ਜਾਣਨ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਐਕਚੁਅਲੀ ਵਟ ਇਜ਼ ਸਬਜੈਕਟ ਮੈਟਰ। ਸਬਜੈਕਟ ਮੈਟਰ ਮੀਨਸ ਵਟ ਐਵਰ ਵੀ ਸਟੱਡੀਜ਼ ਅੰਡਰ ਅ ਕੋਨਸੈਪਟ, ਇੱਕ ਕੋਨਸੈਪਟ ਦੇ ਵਿੱਚ ਅਸੀਂ ਕੀ ਸਟੱਡੀ ਕਰਦੇ ਹਾਂ। ਸਿਮੀਲਰਲੀ ਮੈਕਰੋ ਇਕਨੋਮਿਕਸ 'ਚ ਅਸੀਂ ਕਿੰਨਾ ਕੋਨਸੈਪਟਸ ਨੂੰ ਸਟੱਡੀ ਕਰਦੇ ਹਾਂ, ਉਹ ਸਾਰੇ ਕਨਸੈਪਟਸ ਦਾ ਐਗਰੀਗੇਟ ਫੋਰਮੇਸ਼ਨ ਹੈ ਜਿਹੜਾ, ਉਹ ਸਬਜੈਕਟ ਮੈਟਰ ਹੈ ਮੈਕਰੋ ਇਕਨੋਮਿਕਸ ਦਾ। ਸਮੂਹਿਕ ਰੂਪ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰਦੇ ਹਾਂ, ਅਸੀਂ ਉਹਨਾਂ ਨੂੰ ਸਟੱਡੀ ਕਰਦੇ ਹਾਂ। ਟਾਈਮ ਟੂ ਟਾਈਮ ਡਿਫਰੈਂਟ ਇਕਨੋਮਿਕਸ ਕਲੀਅਰ ਦਾ ਕਨਸੈਪਟ ਆਫ ਮੈਕਰੋ ਇਕਨੋਮਿਕਸ ਇਨ ਡਿਟੇਲ। ਦਾ ਸਬਜੈਕਟ ਮੈਟਰ ਆਫ ਮੈਕਰੋ ਇਕਨੋਮਿਕਸ ਰੈਫਰਸ ਟੂ ਦਾ ਲਾਜ਼ ਐਂਡ ਥਿਊਰੀਜ਼ ਵਿਚ ਆਰ ਸਟੱਡੀਡ ਇਨ ਇਟ, ਭਾਵ ਜਿੰਨੇ ਵੀ ਨਿਯਮ ਨੇ, ਜਿੰਨੀ ਵੀ ਥਿਊਰੀਜ਼ ਅਸੀਂ ਸਟੱਡੀ ਕਰਦੇ ਹਾਂ, ਉਹ ਸਾਰੇ ਇਹਦਾ ਪਾਰਟ ਨੇ, ਉਹਨੂੰ ਹੀ ਅਸੀਂ ਸਬਜੈਕਟ ਮੈਟਰ ਕਹਿੰਦੇ ਹਾਂ। ਉਹ ਥਿਊਰੀਜ਼ ਕਿਹੜੀਆਂ ਨੇ, ਬਹੁਤ ਸਾਰੇ ਡਿਫਰੈਂਟ ਇਕਨੋਮਿਕਸ ਨੇ ਥਿਊਰੀਜ਼ ਦਿੱਤੀਆਂ ਨੇ ਟਾਈਮ ਟੂ ਟਾਈਮ, ਦਾ ਲਿਸਟ ਇਜ਼ ਹੇਅਰ। ਭਾਵੇਂ ਉਹ ਥਿਊਰੀ ਆਫ ਨੈਸ਼ਨਲ ਇਨਕਮ ਹੈ, ਥਿਊਰੀ ਆਫ ਇੰਪਲਾਇਮੈਂਟ ਹੈ, ਥਿਊਰੀ ਆਫ ਇਨਵੈਸਟਮੈਂਟ ਹੈ, ਥਿਊਰੀ ਆਫ ਮਨੀ ਹੈ, ਥਿਊਰੀ ਆਫ ਟ੍ਰੇਡ ਸਾਈਕਲ, ਥਿਊਰੀ ਆਫ ਜਰਨਲ ਪ੍ਰਾਈਸ ਲੈਵਲ, ਥਿਊਰੀ ਆਫ ਪ੍ਰੀਐਮਪਸ਼ਨ ਫੰਕਸ਼ਨ, ਪਬਲਿਕ ਫਾਈਨਾਂਸ, ਇੰਟਰਨੈਸ਼ਨਲ ਟ੍ਰੇਡ, ਇਕਨੋਮਿਕ ਡਿਵੈਲਪਮੈਂਟ ਐਟਸੈਟਰਾ ਐਂਡ ਮੈਨੀ ਮੋਰ। ਯੂ ਕੈਨ ਸੇ ਇਹ ਸਾਰੀ ਥੀਰੀਜ਼ ਦਾ ਕੰਬੀਨੇਸ਼ਨ ਰੂਪ ਹੀ ਅਸੀਂ ਕਹਿੰਦੇ ਹਾਂ ਮੈਕਰੋ ਇਕਨੋਮਿਕਸ ਦਾ ਸਬਜੈਕਟ ਮੈਟਰ ਹੈ। ਇਸ ਵਿਸ਼ੇ ਦੇ ਅੰਡਰ ਜਿਹਨੂੰ ਅਸੀਂ ਮੈਕਰੋ ਇਕਨੋਮਿਕਸ ਦਾ ਕੰਸੈਪਟ ਕਹਿ ਰਹੇ ਹਾਂ, ਇਸ ਕੰਸੈਪਟ ਦੇ ਵਿੱਚ ਅਸੀਂ ਇਹਨਾਂ ਨੂੰ ਸਟੱਡੀ ਕਰਦੇ ਹਾਂ।
ਹੁਣ ਅਸੀਂ ਇੱਕ ਇੱਕ ਕਰਕੇ ਇਹਨਾਂ ਥੀਰੀਜ਼ ਨੂੰ ਇਹਦਾ ਅਧਿਐਨ ਕਰਾਂਗੇ ਸਬਜੈਕਟ ਮੈਟਰ ਨੂੰ ਜਾਣਨ ਦੇ ਲਈ। ਪਰ ਉਸ ਤੋਂ ਪਹਿਲਾਂ ਜੇ ਹੁਣ ਤੱਕ ਤੁਹਾਨੂੰ ਇਹ ਵੀਡੀਓ ਅੱਛੀ ਲੱਗ ਰਹੀ ਹੈ ਪਲੀਜ਼ ਲਾਈਕ ਦਿਸ ਅਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਅਤੇ ਦੂਸਰਿਆਂ ਨੂੰ ਵੀ ਸ਼ੇਅਰ ਕਰੋ ਇਸ ਵੀਡੀਓ ਨੂੰ ਤਾਂ ਕਿ ਉਹ ਵੀ ਇਹਦਾ ਫਾਇਦਾ ਉਠਾ ਸਕਣ। ਲੈਟਸ ਸਟਾਰਟ ਵਿਦ ਦ ਫਸਟ ਥੀਰੀ ਆਫ ਨੈਸ਼ਨਲ ਇਨਕਮ ਵਿਚ ਵੀ ਆਰ ਗੋਇੰਗ ਟੂ ਸਟੱਡੀਡ ਅੰਡਰ ਸਬਜੈਕਟ ਮੈਟਰ ਆਫ ਮੈਕਰੋ ਇਕਨੋਮਿਕਸ। ਇਹਦਾ ਨਾਮ ਦੱਸ ਰਿਹਾ ਰਾਸ਼ਟਰੀ ਆਮਦਨ ਦਾ ਸਿਧਾਂਤ। ਇੱਕ ਨਿਸ਼ਚਿਤ ਸਮੇਂ ਦੇ ਦੌਰਾਨ ਕਿਸੇ ਦੇਸ਼ ਦੇ ਉਤਪਾਦਨ ਦੇ ਕੁੱਲ ਸਾਧਨਾਂ ਦੁਆਰਾ ਜਿੰਨੀਆਂ ਵੀ ਵਸਤੂਆਂ ਅਤੇ ਸੇਵਾਵਾਂ ਪੈਦਾ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਮੁਦਰਾ ਦੇ ਰੂਪ ਦੇ ਵਿੱਚ ਮੁਦਰਾ ਭਾਵ ਪੈਸੇ ਦੇ ਰੂਪ 'ਚ ਜਿੰਨੀ ਉਹਦੀ ਵੈਲਿਊ ਬਣਦੀ ਹੈ ਉਹਨਾਂ ਦੇ ਜੋੜ ਨੂੰ ਅਸੀਂ ਰਾਸ਼ਟਰੀ ਆਮਦਨ ਕਹਿੰਦੇ। ਸੋ ਦਾ ਮੋਨੀਟਰੀ ਵੈਲਿਊ ਆਫ ਆਲ ਫਾਈਨਲ ਗੁੱਡਸ ਐਂਡ ਸਰਵਿਸਿਜ਼, ਰਿਪੀਟਿੰਗ ਆਈ ਮੀਨ ਆਲ ਫਾਈਨਲ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸਡ ਬਾਈ ਆਲ ਫੈਕਟਰ ਆਫ ਪ੍ਰੋਡਕਸ਼ਨ। ਆਲ ਫੈਕਟਰ ਆਫ ਪ੍ਰੋਡਕਸ਼ਨ ਮੀਨਸ ਲੈਂਡ, ਲੇਬਰ, ਕੈਪੀਟਲ, ਐਂਟਰਪ੍ਰੀਨਿਓਰ ਡਿਊਰਿੰਗ ਅ ਸਪੈਸੀਫਿਕ ਪੀਰੀਅਡ ਆਫ ਟਾਈਮ ਇਜ਼ ਨੋਨ ਐਜ ਨੈਸ਼ਨਲ ਇਨਕਮ। ਸਾਰੇ ਫੈਕਟਰ ਆਫ ਪ੍ਰੋਡਕਸ਼ਨ ਮਿਲ ਕੇ ਜਿੰਨੀਆਂ ਨਿਸ਼ਚਿਤ ਸਮੇਂ ਦੇ ਦੌਰਾਨ ਵਸਤੂਆਂ ਅਤੇ ਸੇਵਾਵਾਂ ਪੈਦਾ ਕਰਦੇ ਨੇ ਉਹਨਾਂ ਦੀ ਮੋਨੀਟਰੀ ਵੈਲਿਊ ਨੂੰ ਹੀ ਅਸੀਂ ਨੈਸ਼ਨਲ ਇਨਕਮ ਕਹਿੰਦੇ ਹਾਂ। ਇਟਸ ਆਲਸੋ ਇਨਕਲੂਡ ਅੰਡਰ ਦਾ ਕੋਨਸੈਪਟ ਆਫ ਸਬਜੈਕਟ ਮੈਟਰ ਆਫ ਮੈਕਰੋ ਇਕਨੋਮਿਕਸ। ਨੈਕਸਟ ਇਜ਼ ਦਾ ਥੀਰੀ ਆਫ ਇੰਪਲਾਇਮੈਂਟ, ਰੁਜ਼ਗਾਰ ਦਾ ਸਿਧਾਂਤ। ਕਿਸੇ ਵੀ ਦੇਸ਼ ਰੁਜ਼ਗਾਰ ਦਾ ਪੱਧਰ ਉਸ ਦੇਸ਼ ਦੇ ਆਰਥਿਕ ਵਿਕਾਸ ਦਾ ਮਹੱਤਵਪੂਰਨ ਹਿੱਸਾ ਹੁੰਦਾ। ਰੁਜ਼ਗਾਰ ਦੇ ਸਿਧਾਂਤ ਨਾਲ ਸੰਬੰਧਿਤ ਬਹੁਤ ਸਾਰੇ ਪਰੰਪਰਾਵਾਦੀ ਜਿਨ੍ਹਾਂ ਨੂੰ ਅਸੀਂ ਕਲਾਸੀਕਲ ਇਕਨੋਮਿਕਸ ਕਹਿੰਦੇ ਹਾਂ ਅਤੇ ਕੇਨਸ ਜੋ ਮਾਡਰਨ ਇਕਨੋਮਿਕਸ ਦੀ ਕੜੀ ਦੀ ਸ਼ੁਰੂਆਤ ਹੈ ਇਹਨਾਂ ਨੇ ਸਿਧਾਂਤ ਦਿੱਤੇ ਨੇ। ਇਹ ਸਾਰੇ ਸਿਧਾਂਤ ਜਿਹੜੇ ਰੁਜ਼ਗਾਰ ਦੇ ਨਾਲ ਸੰਬੰਧਿਤ ਸੀ ਇਹ ਵੀ ਸਮਸ਼ਟੀ ਅਰਥ ਸ਼ਾਸਤਰ ਦੇ ਵਿਸ਼ਾ ਵਸਤੂ ਦੇ ਵਿੱਚ ਆਉਂਦੇ ਨੇ। ਸੋ ਵੇਰੀਅਸ ਥਿਊਰੀਜ਼, ਵਾਟ ਐਵਰ ਥਿਊਰੀਜ਼ ਰਿਲੇਟਿੰਗ ਵਿਦ ਦਾ ਇੰਪਲਾਇਮੈਂਟ ਲੈਵਲ, ਡਿਟਰਮੀਨੇਸ਼ਨ ਆਫ ਲੈਵਲ ਆਫ ਇੰਪਲਾਇਮੈਂਟ ਇਨ ਐਨੀ ਕੰਟਰੀ ਔਰ ਐਨੀ ਇਕੋਨਮੀ ਆਰ ਆਲਸੋ ਪਾਰਟ ਆਫ ਸਬਜੈਕਟ ਮੈਟਰ ਆਫ ਮੈਕਰੋ ਇਕਨੋਮਿਕਸ, ਵੈਦਰ ਇਟ ਇਜ਼ ਕਲਾਸੀਕਲ ਥਿਊਰੀਜ਼ ਆਰ ਕੈਨਜ਼ੀਅਨ ਥਿਊਰੀਜ਼। ਨੈਕਸਟ ਵਨ ਇਜ਼ ਦਾ ਥਿਊਰੀ ਆਫ ਇਨਵੈਸਟਮੈਂਟ। ਫਸਟ ਆਫ ਆਲ ਵੀ ਸ਼ੁੱਡ ਨੋ ਵਟ ਇਜ਼ ਇਨਵੈਸਟਮੈਂਟ। ਇਨਵੈਸਟਮੈਂਟ ਹੁੰਦੀ ਹੀ ਹੈ, ਐਨੀ ਐਕਸਪੈਂਡੀਚਰ ਇਨਕਰਡ ਔਨ ਪ੍ਰੋਡਕਸ਼ਨ ਇਜ਼ ਨੋਨ ਐਜ ਇਨਵੈਸਟਮੈਂਟ। ਕਿਸੇ ਵੀ ਅਰਥ ਵਿਵਸਥਾ ਜਿੰਨੇ ਵੀ ਖਰਚੇ ਪ੍ਰੋਡਕਸ਼ਨ ਪ੍ਰੋਸੈਸ ਦੇ ਲਈ ਕੀਤੇ ਜਾਂਦੇ ਨੇ ਉਹਨਾਂ ਨੂੰ ਅਸੀਂ ਨਿਵੇਸ਼ ਕਹਿੰਦੇ ਹਾਂ, ਇਨਵੈਸਟਮੈਂਟ ਵੱਲੋਂ ਨਿਵੇਸ਼। ਇਨਵੈਸਟਮੈਂਟ ਨਾਲ ਸੰਬੰਧਿਤ ਜਿਹੜੇ ਡਿਫਰੈਂਟ ਆਸਪੈਕਟਸ ਨੇ ਕਿ ਹਾਊ ਟੂ ਇਨਵੈਸਟ, ਹਾਊ ਮੱਚ ਇਜ਼ ਗੋਇੰਗ ਟੂ ਇਨਵੈਸਟ, ਵਟ ਇਜ਼ ਗੋਇੰਗ ਟੂ ਦਾ ਇੰਪੈਕਟ ਆਫ ਇਨਵੈਸਟਮੈਂਟ, ਇਹ ਸਾਰੇ ਡਿਫਰੈਂਟ ਥਿਊਰੀ ਆਫ ਇਨਵੈਸਟਮੈਂਟ ਦੇ ਵਿੱਚ ਸਟੱਡੀ ਕਰਦੇ ਹਾਂ। ਕਿਉਂਕਿ ਇਨਵੈਸਟਮੈਂਟ ਸਾਰੀ ਇਕੋਨਮੀ ਨਾਲ ਸੰਬੰਧਿਤ ਹੁੰਦੀ ਹੈ ਵੈਨ ਵੀ ਟੋਕਿੰਗ ਅਬਾਊਟ ਇਨਵੈਸਟਮੈਂਟ ਇਨ ਆਰ ਇਕੋਨਮੀ, ਸੋ ਇਟਸ ਆਲਸੋ ਪਾਰਟ ਆਫ ਸਬਜੈਕਟ ਮੈਟਰ ਆਫ ਮੈਕਰੋ ਇਕਨੋਮਿਕਸ, ਸੋ ਇਟ ਇਜ਼ ਇਨਕਲੂਡਿਡ ਐਜ ਸਬਜੈਕਟ ਮੈਟਰ ਆਫ ਮੈਕਰੋ ਇਕਨੋਮਿਕਸ। ਨੈਕਸਟ ਵਨ ਇਜ਼ ਦਾ ਥਿਊਰੀ ਆਫ ਮਨੀ। ਮਨੀ ਮਤਲਬ ਮੁਦਰਾ, ਮੁਦਰਾ ਦਾ ਸਿਧਾਂਤ। ਕਿਸੇ ਵੀ ਦੇਸ਼ 'ਚ ਮੁਦਰਾ ਦੀ ਮੰਗ ਕਿੰਨੀ ਹੈ, ਮੁਦਰਾ ਦੀ ਪੂਰਤੀ ਕਿੰਨੀ ਹੈ, ਇਹ ਡਾਇਰੈਕਟਲੀ ਉਸ ਦੇਸ਼ ਦੀ ਇਕਨੋਮਿਕ ਐਕਟੀਵਿਟੀਜ਼ ਨੂੰ ਇੰਪੈਕਟ ਕਰਦੀ ਹੈ। ਮੁਦਰਾ ਦੀ ਮੰਗ ਅਤੇ ਪੂਰਤੀ ਦੇ ਜਿਹੜੇ ਸਿਧਾਂਤ ਨੇ ਉਹ ਸਮਸਤੀ ਅਰਥ ਸ਼ਾਸਤਰ ਦੇ ਵਿਸ਼ਾ ਵਸਤੂ ਦਾ ਹਿੱਸਾ ਨੇ, ਕਿਉਂਕਿ ਸਮੂਹਿਕ ਅਰਥ ਸ਼ਾਸਤਰ ਨੂੰ ਜਿਹੜੀ ਮੁਦਰਾ ਹੈ ਪ੍ਰਭਾਵਿਤ ਕਰਦੀ ਹੈ। ਸੋ ਵੀ ਕੈਨ ਸੇ ਦ ਅੰਡਰ ਥਿਊਰੀ ਆਫ ਮਨੀ ਵੀ ਮਨੀ ਸਪਲਾਈ ਐਂਡ ਡਿਮਾਂਡ ਫੋਰ ਮਨੀ ਇਜ਼ ਅ ਮੇਜਰ ਪਾਰਟ ਆਫ ਇਕਨੋਮਿਕ ਐਕਟੀਵਿਟੀਜ਼ ਇਨ ਅ ਇਕੋਨਮੀ ਵਿਚ ਵੀ ਆਰ ਗੋਇੰਗ ਟੂ ਸਟੱਡੀਡ ਅੰਡਰ ਦ ਥਿਊਰੀ ਆਫ ਮਨੀ। ਸੋ ਬਿਕੋਜ਼ ਮਨੀ ਗੋਇੰਗ ਟੂ ਇੰਪੈਕਟ ਹੋਲ ਇਕੋਨਮੀ ਔਰ ਵੀ ਕੈਨ ਸੇ ਇਨ ਹੋਲ, ਦੇਅਰਫੋਰ ਇਟਸ ਆਲਸੋ ਇਨਕਲੂਡਿਡ ਐਜ ਅ ਸਬਜੈਕਟ ਆਫ ਮੈਕਰੋ ਇਕਨੋਮਿਕਸ। ਨੈਕਸਟ ਵਨ ਇਜ਼ ਥਿਊਰੀ ਆਫ ਟ੍ਰੇਡ ਸਾਈਕਲ, ਵਪਾਰਕ ਚੱਕਰਾਂ ਦੇ ਸਿਧਾਂਤ। ਸਾਨੂੰ ਪਤਾ ਹੈ ਕਿ ਆਰਥਿਕ ਗਤੀਵਿਧੀਆਂ ਜਦੋਂ ਕਿਸੇ ਦੇਸ਼ 'ਚ ਵਪਾਰ ਹੁੰਦਾ ਹੈ, ਇਕਨੋਮਿਕ ਗਤੀਵਿਧੀਆਂ ਹੁੰਦੀਆਂ ਨੇ, ਬਹੁਤ ਸਾਰੇ ਉਤਾਰ ਚੜਾਵ ਆਉਂਦੇ ਨੇ। ਉਹਨਾਂ ਉਤਾਰ ਚੜਾਵਾਂ ਨੂੰ ਹੀ ਅਸੀਂ ਆਰਥਿਕ ਗਤੀਵਿਧੀਆਂ ਦੇ ਵਿੱਚ ਟ੍ਰੇਡ ਸਾਈਕਲਸ ਕਿਹਾ ਜਾਂਦਾ। ਟ੍ਰੇਡ ਸਾਈਕਲਸ ਬਿਜ਼ਨਸ ਦੇ ਵਿੱਚ ਕਦੇ ਬਿਜ਼ਨਸ ਪੀਕ 'ਤੇ ਆਉਂਦਾ ਹੈ, ਕਦੇ ਬਿਜ਼ਨਸ ਦੇ ਵਿੱਚ ਪੀਕ 'ਤੇ ਜਾਣ ਤੋਂ ਬਾਅਦ ਬਿਜ਼ਨਸ ਰਿਸੈਸ਼ਨ ਦਾ ਪੀਰੀਅਡ ਆਉਂਦਾ ਜਿਹਨੂੰ ਮੰਦੀ ਕਹਿੰਦੇ ਨੇ, ਪਰ ਹਮੇਸ਼ਾ ਮੰਦੀ ਨਹੀਂ ਰਹਿੰਦੀ, ਇੱਕ ਲੈਵਲ 'ਤੇ ਜਾ ਕੇ ਮੰਦੀ ਬ੍ਰੇਕਅਪ ਹੁੰਦੀ ਹੈ ਜਿਵੇਂ ਇਸ ਡਾਇਗ੍ਰਾਮ 'ਚ ਦਿਖਾਇਆ ਗਿਆ, ਫਿਰ ਬਿਜ਼ਨਸ ਰਿਕਵਰੀ ਹੁੰਦੀ ਹੈ, ਫਿਰ ਬਿਜ਼ਨਸ ਪੀਕ 'ਤੇ ਆਉਂਦਾ, ਫਿਰ ਰਿਸੈਸ਼ਨ ਹੁੰਦੇ ਨੇ, ਫਿਰ ਬਿਜ਼ਨਸ ਪੀਕ 'ਤੇ ਆਉਂਦਾ ਰਿਕਵਰੀ ਪੀਰੀਅਡ ਤੋਂ ਬਾਅਦ। ਇਹ
ਲੈਵਲ ਆਫ ਰੀਅਲ ਆਉਟਪੁੱਟ ਹੈ ਜਿਹੜਾ ਕਿਸੇ ਟ੍ਰੇਡ ਦਾ ਕਿਸੇ ਦੇਸ਼ ਦੇ ਵਿੱਚ, ਇਹਦੇ ਰਿਗਾਰਡਿੰਗ ਡਿਫਰੈਂਟ ਥੀਰੀਜ਼ ਦਿੱਤੀਆਂ ਨੇ, ਬਿਕੋਜ਼ ਇਟਸ ਗੋਇੰਗ ਟੂ ਇੰਪੈਕਟ ਹੋਲ ਬਿਜ਼ਨਸ ਇਨ ਆ ਇਕੋਨਮੀ, ਇਟ ਇਜ਼ ਗੋਇੰਗ ਟੂ ਇੰਪੈਕਟ ਹੋਲ ਇਕੋਨਮੀ, ਸੋ ਇਟਸ ਆਲਸੋ ਟੇਕਨ ਐਜ਼ ਅ ਪਾਰਟ ਆਫ ਸਬਜੈਕਟ ਮੈਟਰ ਆਫ ਮੈਕਰੋ ਇਕਨੋਮਿਕਸ। ਵੀ ਸ਼ੁਡ ਨੋਟ, ਟ੍ਰੇਡ ਸਾਈਕਲ ਰਿਲੇਟਸ ਟੂ ਦਾ ਇਕਨੋਮਿਕ ਫਲਕਚੁਏਸ਼ਨ, ਫਲਕਚੁਏਸ਼ਨ ਮੀਨਸ ਉਤਾਰ ਚੜਾਵ ਇਨ ਹੋਲ ਇਕੋਨਮੀ, ਸੋ ਥਿਊਰੀਜ਼ ਆਫ ਟ੍ਰੇਡ ਸਾਈਕਲ ਆਲਸੋ ਪਾਰਟ ਆਫ ਸਬਜੈਕਟ ਮੈਟਰ ਆਫ ਮੈਕਰੋ ਇਕਨੋਮਿਕਸ। ਇਹੀ ਕਾਰਨ ਹੈ ਕਿ ਜਿਹੜੇ ਵਪਾਰਕ ਚੱਕਰਾਂ ਦੇ ਸਿਧਾਂਤ ਨੇ ਉਹ ਵੀ ਸਮੂਹਿਕ ਅਰਥ ਸ਼ਾਸਤਰ ਦੇ ਵਿਸ਼ਾ ਵਸਤੂ ਦਾ ਹਿੱਸਾ ਨੇ। ਨੈਕਸਟ ਵਨ ਵੀ ਆਰ ਗੋਇੰਗ ਟੂ ਡਿਸਕਸ, ਨੈਕਸਟ ਥਿਊਰੀ ਇਜ਼ ਦ ਥਿਊਰੀ ਆਫ ਜਨਰਲ ਪ੍ਰਾਈਸ ਲੈਵਲ। ਵੀ ਨੋ ਪ੍ਰਾਈਸ ਇਜ਼ ਵੈਰੀ ਇੰਪੋਰਟੈਂਟ ਇਕਨੋਮਿਕ ਵੇਰੀਏਬਲ ਇਨ ਮੈਕਰੋ ਇਕਨੋਮਿਕਸ। ਅੰਡਰ ਮੈਕਰੋ ਇਕਨੋਮਿਕਸ ਵੀ ਡੀਲ ਵਿਦ ਦਾ ਜਨਰਲ ਪ੍ਰਾਈਸ ਲੈਵਲ ਇਨ ਦਾ ਇਕੋਨਮੀ, ਵਸਤੂਆਂ ਦਾ ਸਧਾਰਨ ਪ੍ਰਾਈਸ ਕਿੰਨਾ ਰਹੇਗਾ, ਪ੍ਰਾਈਸ ਦਾ ਲੈਵਲ ਕਿਵੇਂ ਨਿਸ਼ਚਿਤ ਹੋਏਗਾ। ਪ੍ਰਾਈਸ ਡਾਇਰੈਕਟਲੀ ਬਹੁਤ ਸਾਰੀਆਂ ਇਕਨੋਮਿਕ ਗਤੀਵਿਧੀਆਂ ਨੂੰ ਇਫੈਕਟ ਕਰਦੇ ਨੇ ਕਿਸੇ ਦੇਸ਼, ਕਿਉਂਕਿ ਇਹਦਾ ਅਸਰ ਸਾਰੀ ਅਰਥ ਸ਼ਾਸਤਰ 'ਤੇ ਪੈਂਦਾ ਹੈ। ਸੋ ਇਟਸ ਆਲਸੋ ਟੇਕਨ ਐਜ਼ ਅ ਸਬਜੈਕਟ ਮੈਟਰ ਆਫ ਮੈਕਰੋ ਇਕਨੋਮਿਕਸ। ਵਟ ਇਟ ਇਜ਼ ਟੇਕਨ ਮੀਨਸ ਥਿਊਰੀ ਆਫ ਜਨਰਲ ਪ੍ਰਾਈਸ ਲੈਵਲ ਇਜ਼ ਟੇਕਨ ਐਜ਼ ਅ ਸਬਜੈਕਟ ਮੈਟਰ ਆਫ ਮੈਕਰੋ ਇਕਨੋਮਿਕਸ। ਨੈਕਸਟ ਵਨ ਇਜ਼ ਦ ਥਿਊਰੀ ਆਫ ਕੰਜਮਸ਼ਨ ਫੰਕਸ਼ਨ। ਕੰਜਮਸ਼ਨ ਦਾ ਮਤਲਬ ਹੁੰਦਾ ਹੈ ਉਪਭੋਗ, ਜਿਵੇਂ ਅਸੀਂ ਸਾਰੇ ਕਿਸੇ ਨਾ ਕਿਸੇ ਚੀਜ਼ ਦਾ ਉਪਭੋਗ ਕਰਦੇ ਹਾਂ, ਉਹਦੇ ਅੰਦਰ ਛੁਪੇ ਹੋਏ ਗੁਣਾਂ ਨੂੰ ਅਸੀਂ ਕੰਜ਼ਿਊਮ ਕਰਦੇ ਹਾਂ, ਕੋਈ ਕੱਪੜਾ ਪਹਿਨਦਾ, ਕੋਈ ਬੁੱਕਸ ਯੂਜ਼ ਕਰਦੇ ਨੇ। ਜਿਹੜੇ ਉਪਭੋਗ ਦੇ ਸੰਬੰਧ 'ਚ ਵੀ ਬਹੁਤ ਸਾਰੀਆਂ ਥਿਊਰੀਜ਼ ਟਾਈਮ ਟੂ ਟਾਈਮ ਦਿੱਤੀਆਂ ਹੋਈਆਂ ਨੇ, ਜਿਨ੍ਹਾਂ ਨੂੰ ਅਸੀਂ ਕੰਜਮਸ਼ਨ ਫੰਕਸ਼ਨ ਦੇ ਕੰਸੈਪਟ ਦੇ ਵਿੱਚ ਸਟੱਡੀ ਕਰਦੇ ਹਾਂ। ਕੰਜਮਸ਼ਨ ਫੰਕਸ਼ਨ ਅਤੇ ਇਹਦੇ ਡਿਫਰੈਂਟ ਜਿਹੜੇ ਕੰਸੈਪਟਸ ਨੇ, ਚਾਹੇ ਐਮ ਪੀ ਸੀ ਹੈ, ਚਾਹੇ ਏ ਪੀ ਸੀ ਹੈ, ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ, ਸੀਮਾਂਤ ਉਪਭੋਗਤਾ ਪ੍ਰਵਿਰਤੀ ਕੀ ਹੈ, ਲੋਕਾਂ ਦੇ ਵਿੱਚ ਵਸਤੂਆਂ ਨੂੰ ਜਦੋਂ ਉਹਨਾਂ ਨੂੰ ਇਨਕਮ ਹੁੰਦੀ ਹੈ ਕਿਸੇ ਵਿਅਕਤੀ ਨੂੰ, ਉਹ ਜ਼ਰੂਰੀ ਨਹੀਂ ਸਾਰੀ ਇਨਕਮ ਖਰਚ ਕਰ ਦਿੰਦਾ ਹੈ। ਬਹੁਤ ਸਾਰੇ ਅਸੀਂ ਦੇਸ਼ ਦੇਖਦੇ ਹਾਂ ਕਿ ਉੱਥੇ ਸੇਵਿੰਗ ਦਾ ਬੜਾ ਟ੍ਰੈਂਡ ਹੈ, ਇਨਕਮ ਹੋ ਜਾਂਦੀ ਹੈ, ਬਹੁਤ ਸਾਰਾ ਉਹ ਕੀ ਕਰਦੇ ਨੇ, ਸੇਵ ਕਰ ਲੈਂਦੇ ਨੇ, ਖਰਚ ਨਹੀਂ ਕਰਦੇ। ਪਰ ਬਹੁਤ ਸਾਰੇ ਕੀ ਕਰਦੇ ਨੇ, ਜਿੰਨੀ ਇਨਕਮ ਹੋਈ ਸਾਰੀ ਦੀ ਸਾਰੀ ਜਾ ਕੇ ਕੀ ਕਰਦੇ ਨੇ, ਖਰਚ ਕਰ ਦਿੰਦੇ ਨੇ। ਈਵਨ ਕਈ ਜਿੰਨੀ ਇਨਕਮ ਹੋਈ ਉਹਦੇ 'ਚ ਪਲੱਸ ਕੀ ਕਰ ਦਿੰਦੇ ਨੇ, ਲੋਨ ਲੈ ਲੈਂਦੇ ਨੇ। ਜਦੋਂ ਲੋਨ ਲੈਂਦੇ ਨੇ ਉਹਨਾਂ 'ਤੇ ਖਰਚ ਹੋ ਗਿਆ, ਬਟ ਦੇ ਕੰਜ਼ਿਊਮ ਆਲ ਦਿਸ ਅਮਾਊਂਟ। ਸੋ ਦਿਸ ਮੀਨਸ ਜਿਨ੍ਹਾਂ ਦੇ ਵਿੱਚ ਕੰਜਮਸ਼ਨ ਕਰਨ ਦੀ ਟੈਂਡੈਂਸੀ ਜ਼ਿਆਦਾ ਹੈ, ਉਹਨਾਂ ਦੀ ਜੋ ਐਮ ਪੀ ਸੀ ਹੈ, ਮਾਰਜਨਲ ਪ੍ਰੋਪੈਸਿਟੀ ਟੂ ਕੰਜ਼ਿਊਮ ਐਂਡ ਐਵਰੇਜ ਪ੍ਰੋਪੈਸਿਟੀ ਟੂ ਕੰਜ਼ਿਊਮ, ਉਪਭੋਗ ਕਰਨ ਦੀ ਪ੍ਰਵਿਰਤੀ ਬਹੁਤ ਜ਼ਿਆਦਾ ਹੈ। ਇਹਦੇ ਰਿਗਾਰਡਿੰਗ ਅਸੀਂ ਕੰਜਮਸ਼ਨ ਫੰਕਸ਼ਨ ਨਾਲ ਰਿਲੇਟਡ ਡਿਫਰੈਂਟ ਥਿਊਰੀਜ਼ ਨੇ, ਕੰਜਮਸ਼ਨ ਫੰਕਸ਼ਨ ਐਂਡ ਇਟਸ ਵੇਰੀਅਸ ਥਿਊਰੀਜ਼, ਬਿਕੋਜ਼ ਦੀਸ ਗੋਇੰਗ ਟੂ ਇੰਪੈਕਟ ਹੋਲ ਆਫ ਦਾ ਇਕੋਨਮੀ, ਸਾਰੀ ਅਰਥ ਵਿਵਸਥਾ 'ਤੇ ਅਸਰ ਪੈਂਦੇ ਨੇ। ਸੋ ਇਟਸ ਆਲ ਦੇ ਆਰ ਆਲਸੋ ਪਾਰਟ ਆਫ ਸਬਜੈਕਟ ਮੈਟਰ ਆਫ ਮੈਕਰੋ ਇਕਨੋਮਿਕਸ। ਨੈਕਸਟ ਵਨ ਇਜ਼ ਦਾ ਥਿਊਰੀ ਆਫ ਪਬਲਿਕ ਫਾਈਨਾਂਸ। ਫਸਟਲੀ ਵੀ ਸ਼ੁੱਡ ਨੋ ਵਟ ਇਜ਼ ਪਬਲਿਕ ਫਾਈਨਾਂਸ, ਜਿਹਨੂੰ ਸਾਰਵਜਨਿਕ ਵਿੱਤ ਕਹਿੰਦੇ ਨੇ। ਕਿਸੇ ਵੀ ਸਾਰਵਜਨਿਕ ਵਿੱਤ ਦਾ ਮਤਲਬ ਦੇਸ਼ ਦੀ ਆਮਦਨ ਦੀ, ਸਰਕਾਰ ਦਾ ਜਿਹੜੀ ਕਿਸੇ ਵਿਅਕਤੀ ਦੀ, ਕਿਸੇ ਵੀ ਦੇਸ਼ ਦੀ ਸਰਕਾਰ ਦੀ ਆਮਦਨ ਕਿੰਨੀ ਹੈ ਅਤੇ ਖਰਚ ਕਿੰਨਾ, ਇਹ ਸਾਰਾ ਕੁਝ ਅਸੀਂ ਪਬਲਿਕ ਫਾਈਨਾਂਸ ਦੇ ਵਿੱਚ ਸਟੱਡੀ ਕਰਦੇ ਹਾਂ। ਸੋ ਵੀ ਕੈਨ ਸੇ ਦੈਟ ਪਬਲਿਕ ਫਾਈਨਾਂਸ, ਬਿਕੋਜ਼ ਪਬਲਿਕ ਫਾਈਨਾਂਸ ਡੀਲਸ ਵਿਦ ਦਾ ਗਵਰਨਮੈਂਟਸ ਰੈਵਨਿਊ ਐਂਡ ਐਕਸਪੈਂਡੀਚਰ, ਸਰਕਾਰ ਦੇ ਆਮਦਨ ਅਤੇ ਖਰਚਿਆਂ ਦਾ ਅਧਿਐਨ ਕਰਦੇ ਹਾਂ। ਸੋ ਇਟਸ ਰਿਲੇਟਡ ਵਿਦ ਹੋਲ ਆਫ ਦਾ ਇਕੋਨਮੀ। ਸੋ ਦੇਰ ਇਜ਼ ਨੋ ਡਾਊਟ ਇਨ ਆਰ ਮਾਈਂਡ, ਦੇਰ ਸ਼ੁੱਡ ਨੋਟ ਬੀ ਐਨੀ ਡਾਊਟ ਇਨ ਆਰ ਮਾਈਂਡ ਕਿ ਜਦੋਂ ਸਰਕਾਰ ਦੇ ਖਰਚਿਆਂ ਅਤੇ ਆਮਦਨ ਦੀ ਗੱਲ ਹੋ ਰਹੀ ਹੈ ਤਾਂ ਸਾਰੀ ਇਕੋਨਮੀ ਨੂੰ ਹੀ ਇੰਪੈਕਟ ਕਰਦਾ ਹੈ, ਸਾਰੀ ਇਕੋਨਮੀ ਨਾਲ ਰਿਲੇਟਡ ਹੁੰਦਾ ਹੈ। ਸੋ ਇਟਸ ਆਲਸੋ ਇਨਕਲੂਡਡ ਐਜ ਅ ਸਬਜੈਕਟ ਮੈਟਰ ਆਫ ਮੈਕਰੋ ਇਕਨੋਮਿਕਸ। ਅੰਡਰ ਪਬਲਿਕ ਫਾਈਨਾਂਸ ਵੀ ਸਟੱਡੀਡ ਡਿਫਰੈਂਟ ਕੰਸੈਪਟਸ ਆਫ ਫਾਈਨਾਂਸ ਆਫ ਐਨੀ ਗਵਰਨਮੈਂਟ, ਵੈਦਰ ਅੰਡਰ ਬਜਟ, ਵੈਨ ਗਵਰਨਮੈਂਟ ਪ੍ਰੈਜੈਂਟ ਬਜਟ, ਦੇਰ ਆਰ ਟੂ ਸਾਈਡ, ਵਨ ਸਾਈਡ ਇਜ਼ ਦਾ ਰੈਵਨਿਊ, ਸੈਕਿੰਡ ਸਾਈਡ ਦਾ ਐਕਸਪੈਂਡੀਚਰ, ਆਲ ਦੀਜ਼ ਬਜਟਰੀ ਕੰਪਲੈਕਸ ਕੰਸੈਪਟਸ ਕਮਸ ਅੰਡਰ ਦਾ ਥਿਊਰੀ ਆਫ ਪਬਲਿਕ ਫਾਈਨਾਂਸ। ਸੋ ਦੀਜ਼ ਆਰ ਆਲਸੋ ਪਾਰਟ ਆਫ ਸਬਜੈਕਟ ਮੈਟਰ ਆਫ ਮੈਕਰੋ ਇਕਨੋਮਿਕਸ, ਕਿਉਂਕਿ ਸਾਰੀ ਅਰਥ ਵਿਵਸਥਾ ਨੂੰ ਪ੍ਰਭਾਵਿਤ ਕਰ ਰਹੇ ਨੇ। ਨੈਕਸਟ ਹੈ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ। ਵੀ ਨੋ ਟੂਡੇਜ਼ ਵਰਲਡ ਇਜ਼, ਵੀ ਕੈਨ ਸੇ ਟੂਡੇਜ਼ ਏਜ ਇਜ਼ ਦਾ ਏਜ ਆਫ ਇੰਟਰਨੈਸ਼ਨਲਿਜ਼ਮ। ਨੋ ਕੰਟਰੀ ਕੈਨ ਸਰਵਾਈਵ ਵਿਦਆਊਟ ਟ੍ਰੇਡ ਵਿਦ ਅਦਰ ਕੰਟਰੀਜ਼, ਦੇਰ ਆਰ ਲੋਟ ਆਫ ਇੰਪੋਰਟੈਂਟ ਐਕਸਪੋਰਟਿਜ਼ ਦੇ ਆਰ, ਬਹੁਤ ਸਾਰਾ ਲੈਣ ਦੇਣ ਹੁੰਦਾ ਵਪਾਰ ਦੇ ਵਿੱਚ। ਕੋਈ ਵੀ ਦੇਸ਼ ਅੱਜ ਇਹੋ ਜਿਹੇ ਗਲੋਬਲਾਈਜੇਸ਼ਨ ਦਾ ਪੀਰੀਅਡ ਹੈ, ਉਹ ਇੱਕ ਦੂਸਰੇ ਤੋਂ ਬਿਨਾਂ ਨਹੀਂ ਰਹਿ ਸਕਦਾ, ਉਸ ਇੰਪੋਰਟ ਐਕਸਪੋਰਟ ਨੂੰ ਹੀ ਅਸੀਂ ਇੰਟਰਨੈਸ਼ਨਲ ਟ੍ਰੇਡ ਕਹਿੰਦੇ ਹਾਂ। ਇੰਟਰਨੈਸ਼ਨਲ ਟ੍ਰੇਡ ਕਿੰਨਾ ਹੋਣਾ ਚਾਹੀਦਾ ਹੈ, ਕਿਸ ਤਰ੍ਹਾਂ ਚੱਲ ਸਕਦਾ ਹੈ, ਕਿਵੇਂ ਕਿਸੇ ਦੇਸ਼ ਲਈ ਬੈਨੀਫਿਟ ਹੋ ਸਕਦਾ ਹੈ, ਇਹਦੇ
फॉर एंड अगेंस्ट बहुत सारे व्यूज ने, डिफरेंट थीरीज ने। सो थीरी ऑफ इंटरनेशनल ट्रेड इज गोइंग टू इम्पैक्ट, वी नो इज इम्पैक्टिंग होल ऑफ द इकोनॉमी, सो इट्स ऑल्सो टेकन और स्टडीड अंडर द सब्जेक्ट मैटर ऑफ मैक्रो इकोनॉमिक्स। नेक्स्ट वन इज द थीरी ऑफ इकोनॉमिक डेवलपमेंट। इकोनॉमिक डेवलपमेंट, वी नो ऑल द आस्पेक्ट्स ऑफ इकोनॉमिक डेवलपमेंट, ऑल द आस्पेक्ट्स जो असं हूँ तक भी पढ़ चुके हैं, मैं उन्होंने भी शामिल कर रहा जिद किसी देश की इकोनॉमिक डिवेलपमेंट होंगी, आर्थिक तरक्की, बिकॉज इट इनकलूड या इट्स गोइंग टू, वी कैन से इट्स गोइंग टू इम्पैक्ट होल ऑफ द इकॉनमी। सो वट एवर आस्पेक्ट्स वी स्टडीड अंडर इकोनॉमिक डिवेलपमेंट इज डायरेक्टली अ पार्ट ऑफ सब्जेक्ट मैटर ऑफ मैक्रो इकोनॉमिक्स, क्योंकि जो असं आर्थिक तरक्की की गल करते हैं तो समूहिक अर्थव्यवस्था की आर्थिक तरक्की की गल होंगी। एवरी कंट्री इन द वर्ल्ड वांट टू अचीव हाई रेट ऑफ इकोनॉमिक ग्रोथ। सो स्टूडेंट्स, एंड नाउ इट्स क्वाइट क्लियर वट एवर आई हैव सेड अबाउट डिस्कशन इन दिस वीडियो अबाउट सब्जेक्ट मैटर ऑफ मैक्रो इकोनॉमिक्स। ऑल सच थ्योरीज आर स्टडीड विच आर रिलेटेड विद होल ऑफ द इकॉनमी, भाव सब्जेक्ट मैटर के मैक्रो इकोनॉमिक्स जिन्हों असी समस्टी कह रहे हैं अर्थशास्त्र, समस्टी अर्थशास्त्र जेडे भी थीरी से इंपैक्ट करते हैं, जोड़े भी नियम इंपैक्ट करते हैं, वो सारे मैक्रो इकोनॉमिक्स का सब्जेक्ट मैटर का हिस्सा है। थैंक यू वेरी मच। कंक्लूजन करते हुए मैं यही कहूँगा, जो तुम वीडियो अच्छी लगी प्लीज़ इन लाइक करो, चैनल सबसक्राइब करो एंड शेयर दिस वीडियो विद अदर सो इट कैन बी यूजफुल to others as well.